चार प्रबल सच्चाइयां ने, प्रथम दुख है, दूसरा दुख दा कारण भी है, तीसरा निवृत्ति दा साधन भी है, चौथा सुख है और है। मैं फिर दोहरावा, चार सच्चाइयां, दुख है, दूसरी सच्चाई दुख का कारण भी है, बिना कारण तो नहीं है, तीसरी सच्चाई निवृत्ति का साधन भी है, इन्हें मिटाया भी जा सकता है, चौथी सच्चाई सुख है, सुख है। अगर किसी को इतना पता चल जाए दुख है, तुसी आखोगे सानू इतना भी पता नहीं, गुस्ताखी माफ। अगर पता होंदा तो बार बार अवतारी पुरशां नूं कहण दी लोड़ ही नहीं सी। बाली रोवे नाए भतार, नानक दुखिया सब संसार। सब जगत दुखी है, इतनी सच्चाई दा बोध नहीं। देखदे आ हसदा पे है, वो खिड़े मत्थे, वो नचदे टपदे, दुख किथे है? पर कौन बसे इन्हां हसदे होया चेहरियां दे विच ही रोना छुपिया पिया, इन्हां नचदे टपदियां मूर्तियां दे अंदर ही दुख कलेश छुपिया पिया। इस सच्चाई दा बोध नहीं, पता नहीं। जिसनों है उन्हें पहली सच्चाई ते जान लई, दुख है, दुख है। चाहे मैं महल दे चा, चाहे मैं झोपड़ी चा, दुख है। चाहे मैं निर्धन हां, चाहे मैं धनवान हां, दुख है। चाहे मैं तंदुरुस्त हां, चाहे मैं बीमार हां, दुख है। जो मैं कह रहा इन थोड़ा जहा गौर नाल सरवण करा, चाहे मैं एक मुलक दे चा, चाहे मैं दूजे मुलक दे चा, दुख है, दुख है। चाहे मैं बचपन की अवस्था चा, चाहे मैं जवानी की अवस्था चा, चाहे मैं बुढ़ेपे की अवस्था चा, दुख है, दुख है। चाहे मैं सुंदर हां, चाहे मैं क्रूप हां, दुख है। चाहे मैं खुशहाल हां, चाहे मैं बदहाल हां, दुख है। चाहे मैं छोटा हां, चाहे मैं वड्डा हां, चाहे मैं निर्गुण हां, चाहे मैं गुणवान हां, चाहे मैं पढ़ा लिखा, चाहे मैं बिल्कुल अनपढ़ हां, दुख है, दुख है। अनपढ़ भी दुखी, पढ़ा लिखा भी दुखी, निर्धन भी दुखी, धनवान भी दुखी, दुख है। निर्धन सोच रहा है मैं दुखी हां, धनवान सुखी ने। अनपढ़ सोचता है मैं दुखी हां, पढ़े लिखे सुखी ने, ऐसा सोचता है। एक शहर दे रहने वाला ऐसा सोचता है मैं दुखी हां, दूजे शहर दे रहने वाले
ਦੁਖੀ ਨਹੀਂ ਨੇ। ਕੋਈ ਐਸਾ ਸੋਚਦਾ ਮੈਂ ਜਿਸ ਮੁਲਕ ਵਿੱਚ ਰਹਿੰਦਾ ਦੁੱਖ ਹੈ, ਪਰ ਦੂਸਰੇ ਜਿਸ ਮੁਲਕ ਵਿੱਚ ਰਹਿੰਦੇ ਨੇ ਦੁੱਖ ਨਹੀਂ ਹੈ। ਭੁਲੇਖਾ, ਬ੍ਰਾਂਤੀ, ਮੋਬਾਇਲਤਾ। ਮਹਾਰਾਜ ਕਹਿੰਦੇ ਨੇ ਜਿੱਥੇ ਤੱਕ ਸੰਸਾਰ ਹੈ ਦੁੱਖ ਹੈ, ਨਾਨਕ ਦੁਖੀਆ ਸਭ ਸੰਸਾਰ। ਚਾਹੇ ਇੱਕ ਮੁਲਕ ਹੈ, ਚਾਹੇ ਦੂਜਾ ਮੁਲਕ ਹੈ, ਚਾਹੇ ਇੱਕ ਸ਼ਹਿਰ ਹੈ, ਚਾਹੇ ਦੂਜਾ ਸ਼ਹਿਰ ਹੈ, ਚਾਹੇ ਬੱਚਾ ਹੈ, ਚਾਹੇ ਬੁੱਢਾ ਹੈ, ਚਾਹੇ ਨਿਰਗੁਣ ਹੈ, ਚਾਹੇ ਗੁਣਵਾਨ ਹੈ, ਪੜ੍ਹਿਆ ਲਿਖਿਆ ਹੈ, ਅਨਪੜ੍ਹ ਹੈ, ਦੁੱਖ ਹੈ। ਪਹਿਲੀ ਸੱਚਾਈ। ਦੂਸਰੀ, ਦੁੱਖ ਦਾ ਕਾਰਨ ਵੀ ਹੈ, ਐਵੇਂ ਨਹੀਂ ਹੈ, ਐਵੇਂ ਨਹੀਂ ਹੈ। ਤਾਂ ਦੁੱਖ ਦਾ ਕਾਰਨ ਕੀ ਹੈ? ਦੁੱਖ ਦਾ ਕਾਰਨ ਇਹ ਹੈ ਨਾ ਸਮਝੀ, ਅਗਿਆਨ। ਕਾਰਨ ਕੀ ਹੈ? ਅਗਿਆਨ। ਤੇ ਅਗਿਆਨ ਕਰਕੇ ਮਨੁੱਖ ਚਿੰਤਾਤੁਰ ਹੋ ਜਾਂਦਾ, ਦੁਖੀ ਹੋ ਜਾਂਦਾ, ਜੋ ਹੋਣਾ ਚਾਹੀਦਾ ਹੈ ਕਿਧਰੇ ਐਸਾ ਨਾ ਹੋਵੇ, ਨਾ ਹੋਵੇ। ਜੋ ਨਹੀਂ ਹੋਣਾ ਚਾਹੀਦਾ ਕਿਧਰੇ ਐਸਾ ਨਾ ਹੋਵੇ, ਹੋ ਜਾਏ। ਚਿੰਤਾ, ਦੁੱਖ, ਅਗਿਆਨ। ਦੁੱਖ ਹੈ, ਦੁੱਖ ਦਾ ਕਾਰਨ ਵੀ ਹੈ ਅਗਿਆਨ। ਨਿਵਿਰਤੀ ਦਾ ਸਾਧਨ ਵੀ ਹੈ ਗਿਆਨ, ਔਰ ਸੁੱਖ ਹੈ, ਸੁੱਖ ਹੈ। ਜਿਤਨਾ ਅਗਿਆਨ ਦੁੱਖ ਹੈ, ਦੁੱਖ ਹੈ, ਜਿਤਨਾ ਗਿਆਨ ਆਨੰਦ ਹੀ ਆਨੰਦ। ਰੂਹੇ ਜ਼ਮੀਨ ਤੇ ਧੰਨ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਤੇ ਸਾਨੂੰ ਸ਼ਬਦ ਦਾ ਪੁਜਾਰੀ ਬਣਾਇਆ, ਗਿਆਨ ਦਾ ਪੁਜਾਰੀ ਬਣਾਇਆ। ਔਰ ਆਪ ਦੀ ਗਿਆਤ ਲਈ ਅਰਜ਼ ਕਰਾਂ, ਉਤਪਤ ਪਰਲੇ ਸ਼ਬਦੇ ਹੋਵੇ, ਸ਼ਬਦੇ ਹੀ ਫਿਰ ਉਪਤ ਹੋਵੇ। ਘਰ ਦੇ ਜਿਸ ਦਰਵਾਜ਼ੇ ਦੇ ਰਾਹੀਂ ਮੈਂ ਬਾਹਰ ਆਇਆ, ਉਸੇ ਦਰਵਾਜ਼ੇ ਰਾਹੀਂ ਅੰਦਰ ਪ੍ਰਵੇਸ਼ ਕਰਾਂਗਾ। ਸ਼ਬਦ ਦੇ ਰਾਹੀਂ ਸੰਸਾਰ ਆਇਆ, ਸ਼ਬਦ ਦੇ ਰਾਹੀਂ ਸੰਸਾਰ ਪ੍ਰਵੇਸ਼ ਕਰੇਗਾ। ਸ਼ਬਦ ਦੀ ਸੂਝ ਗਿਆਨ ਹੈ, ਸ਼ਬਦ ਦੀ ਨਾ ਸਮਝੀ ਅਗਿਆਨ ਹੈ। ਕਿਹੜਾ ਸ਼ਬਦ ਸੀ ਜਿਸ ਰਾਹੀਂ ਜਗਤ ਆਇਆ ਹੈ? ਲੱਖਾਂ ਜ਼ਿੰਦਗੀਆਂ ਦੇ ਦਰਿਆ ਚੱਲ ਪਏ, ਤਿਸ ਤੇ ਹੋਏ ਲੱਖ ਦਰਿਆ, ਲੱਖਾਂ ਸੂਰਜਾਂ ਦੇ ਦਰਿਆ, ਲੱਖਾਂ ਪ੍ਰਿਥਵੀਆਂ ਦੇ ਦਰਿਆ, ਲੱਖਾਂ ਪਸ਼ੂ ਪਕਸ਼ੀ ਮਨੁੱਖਾਂ ਦੇ ਦਰਿਆ, ਇਹ ਲੱਖਾਂ ਤਰ੍ਹਾਂ ਦੀ ਜ਼ਿੰਦਗੀ ਦੇ ਦਰਿਆ, ਕਿਹੜਾ ਸ਼ਬਦ ਸੀ? ਉਹ ਕਿਹੜਾ ਦਰਵਾਜ਼ਾ ਸੀ ਜਿਸ ਤੋਂ ਲੰਘ ਕੇ ਆਏ ਨੇ? ਉਤਪਤ ਪਰਲੇ ਸ਼ਬਦ, ਉਤਪਤੀ ਤੇ ਪਰਲੇ, ਆਉਣਾ ਤੇ ਜਾਮਣਾ। ਇਸ ਨੂੰ ਮੈਂ ਬਿਆਨ ਕਰਾਂ, ਮੈਂ ਘਰ ਦੇ ਜਿਸ ਦਰਵਾਜ਼ੇ ਦੇ ਰਾਹੀਂ ਬਾਹਰ ਆਇਆ, ਤੇ ਹੁਣ ਮੈਂ ਪੁੱਛਾਂ ਮੈਂ
ਘਰ ਵਿੱਚ ਕਿਸ ਤਰ੍ਹਾਂ ਪ੍ਰਵੇਸ਼ ਕਰਾਂ, ਵੀ ਪੁਰਖਾ ਜਿਸ ਦਰਵਾਜ਼ੇ ਰਾਹੀਂ ਬਾਹਰ ਆਇਆ ਅੰਦਰ ਚਲਾ ਜਾ। ਸ਼ਬਦ ਰਾਹੀਂ ਸੰਸਾਰ ਬਾਹਰ ਆਇਆ, ਜੀਵ ਜੰਤੂ ਬਾਹਰ ਆਇਆ, ਸ਼ਬਦ ਰਾਹੀਂ ਪ੍ਰਵੇਸ਼ ਮਿਲ ਜਾਏਗਾ। ਤੋ ਸ਼ਬਦ ਦੁਆਰ ਹੈ, ਦਰਵਾਜ਼ਾ ਹੈ, ਪਰ ਕਿਹੜਾ ਸ਼ਬਦ, ਉਹ ਕਿਹੜਾ ਸ਼ਬਦ ਜੋ ਦਰਵਾਜ਼ਾ ਹੈ, ਜਿਸ ਤੋਂ ਜਗਤ ਆਇਆ ਜਗਤ ਗਿਆ। ਦੁਨੀਆ ਦੇ ਪੈਗੰਬਰੀ ਪੁਰਸ਼ਾਂ ਨੂੰ ਇੱਕ ਪਾਸੇ ਰੱਖੀਏ, ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ, ਭਗਤ ਕਬੀਰ ਦੇ ਬੋਲ ਮੈਂ ਤੁਹਾਡੇ ਸਾਹਮਣੇ ਰੱਖਾਂ, ਉਹ ਸ਼ਬਦ ਕੀ ਹੈ? ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਫਰਮਾਨ, ਓਅੰਕਾਰ ਆਦਿ ਕਥਨੀ ਅਨਾਦ, ਓਅੰਕਾਰ ਆਦਿ ਕਥਨੀ ਅਨਾਦ, ਓਅੰਕਾਰ ਆਦਿ ਧੁਨੀ ਹੈ, ਪਹਿਲੇ ਤੋਂ ਵੀ ਪਹਿਲੇ ਸਭ ਤੋਂ ਪਹਿਲੀ ਧੁਨ ਬ੍ਰਹਿਮੰਡ ਦੀ, ਓਅੰਕਾਰ ਗੁਰੂ ਗੋਬਿੰਦ ਸਿੰਘ ਜੀ। ਇਹ ਕਥਨੀ, ਇਹ ਆਵਾਜ਼, ਇਹ ਸ਼ਬਦ ਅਨਾਦੀ ਹੈ ਗੁਰੂ ਗੋਬਿੰਦ ਸਿੰਘ। ਜਿਹੜੇ ਜਾਪ ਸਾਹਿਬ ਪੜ੍ਹਦੇ ਨੇ ਉਹਨਾਂ ਦੇ ਸਾਹਮਣੇ ਇਹ ਬੋਲ ਆਏ ਹੋਣਗੇ, ਓਅੰਕਾਰ ਆਦਿ ਕਥਨੀ ਅਨਾਦ। ਇਹ ਅਨਾਦੀ ਕਥਨੀ ਹੈ, ਇਹ ਬ੍ਰਹਿਮੰਡ ਦਾ ਸਭ ਤੋਂ ਪਹਿਲਾ ਬੋਲ ਹੈ, ਔਰ ਇਸੇ ਬੋਲ ਦੇ ਰਾਹੀਂ ਖਸਮ ਦੇ ਬੋਲ ਆਏ, ਔਰ ਜਿਸਨੇ ਇਸ ਧੁਨੀ ਨੇ ਸੁਣਿਆ, ਇਸ ਧੁਨੀ ਵਿੱਚ ਬਹੁਤ ਸਾਰੀਆਂ ਧੁਨੀਆਂ ਉਸਨੇ ਸੁਣੀਆਂ ਨੇ। ਇਹ ਧੁਨੀ, ਇਹ ਸ਼ਬਦ ਦੁਆਰ ਹੈ, ਇਸੇ ਰਾਹੀਂ ਜਗਤ ਆਇਆ। ਓਅੰਕਾਰ ਆਦਿ ਕਥਨੀ ਅਨਾਦ, ਇਸੇ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਓਅੰਕਾਰ ਬ੍ਰਹਮਾ ਉਤਪਤ, ਓਅੰਕਾਰ ਕੀਆ ਜਿਨ ਚਿੱਤ, ਓਅੰਕਾਰ ਸੈਲ ਜੁਗ ਭੈ, ਓਅੰਕਾਰ ਵੇਦ ਨਿਰਮੈ। ਸਭ ਕੁਛ ਓਅੰਕਾਰ ਤੋਂ ਹੋਇਆ, ਇਸੇ ਧੁਨੀ ਤੋਂ ਹੋਇਆ ਗੁਰੂ ਨਾਨਕ। ਭਗਤ ਕਬੀਰ, ਗੌੜੀ ਬਾਵਨ ਅਖਰੀ ਸ੍ਰੀ ਕਬੀਰ, ਓਅੰਕਾਰ ਆਦਮੇ ਜਾਣਾ, ਲਿਖ ਅਰ ਮੇਟੇ ਤਾਏ ਨਾ ਮਾਨਾ। ਲਿਖ ਦਈਏ, ਮੇਟ ਦਈਏ, ਓਅੰਕਾਰ ਇਹ ਨਹੀਂ, ਓਅੰਕਾਰ ਉਹ ਧੁਨੀ ਹੈ ਜਿਸ ਤੋਂ ਸੰਸਾਰ ਆਇਆ ਕਬੀਰ। ਓਅੰਕਾਰ ਆਦਿ ਮੈਂ ਜਾਣਾ, ਲਿਖ ਅਰ ਮੇਟੇ ਤਾਏ ਨਾ ਮਾਨਾ, ਗੌੜੀ ਬਾਵਨ ਅਖਰੀ ਸ੍ਰੀ ਕਬੀਰ ਜੀ। ਓਅੰਕਾਰ ਬ੍ਰਹਿਮੰਡ ਦੀ ਧੁਨੀ ਹੈ, ਆਦਿ ਧੁਨੀ ਹੈ, ਮੂਲ ਧੁਨੀ ਹੈ, ਇਸਦੇ ਰਾਹੀਂ ਜਗਤ ਆਇਆ, ਇਸੇ ਧੁਨੀ ਦੇ ਰਾਹੀਂ ਪ੍ਰਵੇਸ਼ ਕਰੇਗਾ। ਇਤਨੀ ਸਮਝ ਆ ਗਈ, ਇਤਨਾ ਬੋਧ ਆ ਗਿਆ, ਤਾਂ ਬਹੁਤ ਕੁਛ ਹੈ। ਔਰ ਇਸ ਬੋਧ ਦੇ ਵਿੱਚ ਚਾਰ ਸੱਚਾਈਆਂ ਪ੍ਰਗਟ ਹੋਣਗੀਆਂ। ਕਿਹੜੀਆਂ? ਦੁੱਖ ਹੈ, ਹਰ ਹਾਲਤ ਵਿੱਚ ਦੁੱਖ ਹੈ, ਬੱਚੇ ਦੇ ਆਪਣੇ ਦੁੱਖ, ਜਵਾਨ ਦੇ ਆਪਣੇ ਦੁੱਖ, ਬੁੱਢੇ ਦੇ ਆਪਣੇ ਦੁੱਖ,
ਅਨਪੜ੍ਹ ਦੇ ਆਪਣੇ ਦੁੱਖ, ਪੜ੍ਹੇ ਲਿਖੇ ਦੇ ਆਪਣੇ ਦੁੱਖ, ਨਿਰਧਨ ਦੇ ਆਪਣੇ ਦੁੱਖ, ਧਨਵਾਨ ਦੇ ਆਪਣੇ ਦੁੱਖ, ਇਸਤਰੀ ਦੇ ਆਪਣੇ ਦੁੱਖ, ਪੁਰਸ਼ ਦੇ ਆਪਣੇ ਦੁੱਖ, ਨਿਰਗੁਣ ਦੇ ਆਪਣੇ ਦੁੱਖ, ਗੁਣਵਾਨ ਦੇ ਆਪਣੇ ਦੁੱਖ, ਮੁਫਲਿਸ ਦੇ ਆਪਣੇ ਦੁੱਖ, ਅਮੀਰ ਦੇ ਆਪਣੇ ਦੁੱਖ, ਦੁੱਖ ਹੈ, ਦੁੱਖ ਹੈ। ਇਹ ਪਹਿਲੀ ਸੱਚਾਈ, ਜਿਸ ਨੂੰ ਇਤਨਾ ਪਤਾ ਚੱਲ ਗਿਆ ਦੁੱਖ ਹਰ ਹਾਲਤ ਵਿੱਚ ਹੈ, ਹਰ ਅਵਸਥਾ ਵਿੱਚ ਹੈ, ਹਰ ਮੁਲਕ ਵਿੱਚ ਹੈ, ਹਰ ਜਗ੍ਹਾ ਹੈ, ਪਹਿਲੀ ਸੱਚਾਈ ਦਾ ਪਤਾ ਚੱਲ ਗਿਆ। ਔਰ ਮੈਂ ਇਹ ਅਰਜ਼ ਕਰਾਂ, ਇਸ ਸੱਚਾਈ ਦਾ ਪਤਾ ਚੱਲਣਾ ਵੀ ਗਿਆਨ ਦੀ ਪਹਿਲੀ ਕਿਰਨ ਤੇ ਉਤਰ ਗਈ। ਮਨੁੱਖ ਇੱਕ ਆਸਾ ਵਿੱਚ ਜੀਵਦਾ ਹੈ ਕਿ ਦੁੱਖ ਅੱਜ ਹੈ, ਕੱਲ ਨਹੀਂ ਹੋਵੇਗਾ। ਪਰ ਜਿਸ ਢੰਗ ਨਾਲ ਤੂੰ ਜੀ ਰਿਹਾ, ਦੁੱਖ ਅੱਜ ਹੈ, ਕੱਲ ਵੀ ਹੋਵੇਗਾ, ਪਰਸੋਂ ਵੀ ਹੋਵੇਗਾ, ਨਾਲ ਹੀ ਚੱਲੇਗਾ, ਨਹੀਂ ਮਿਟੇਗਾ। ਜਿਸ ਢੰਗ ਨਾਲ, ਜਿਸ ਅਵਸਥਾ ਵਿੱਚ ਅੱਜ ਦੁੱਖ ਹੈ, ਅਗਰ ਇਹੀ ਮਾਨਸਿਕ ਅਵਸਥਾ ਹੈ ਤਾਂ ਦੁੱਖ ਨਾਲ ਚੱਲੇਗਾ, ਦੁੱਖ ਹੈ, ਕਿਵੇਂ ਮਿਟੇਗਾ, ਇਹ ਹੈ। ਪਰ ਇਤਨਾ ਬੋਧ ਜਿਸ ਨੂੰ ਹੋ ਗਿਆ, ਗਿਆਨ ਦੀ ਪਹਿਲੀ ਕਿਰਨ ਉਤਰ ਗਈ। ਮਹਾਤਮਾ ਬੁੱਧ ਨੂੰ ਪਤਾ ਚੱਲ ਗਿਆ, ਭਾਵੇਂ ਮੈਂ ਮਹਿਲਾਂ ਚ ਹਾਂ ਦੁੱਖ ਤੇ ਹੈ, ਭਾਵੇਂ ਮੈਂ ਰਾਜਕੁਮਾਰ ਹਾਂ ਦੁੱਖ ਤੇ ਹੈ, ਭਾਵੇਂ ਸੋਨੇ ਚਾਂਦੀ ਦੇ ਮੇਰੇ ਮਹਿਲ ਨੇ ਦੁੱਖ ਤੇ ਹੈ, ਦੁੱਖ ਹੈ। ਪਹਿਲੀ ਸੱਚਾਈ ਦਾ ਪਤਾ ਚੱਲ ਗਿਆ, ਦੁੱਖ ਤੇ ਹੈ। ਕਿਸੇ ਵੀ ਚੀਜ਼ ਦੀ ਹੋਂਦ ਨਾਲ ਦੁੱਖ ਨਹੀਂ ਮਿਟਦਾ। ਚੰਗਾ ਮਹਿਲ ਹੈ, ਸੋਨਾ ਚਾਂਦੀ ਹੈ, ਹੀਰੇ ਜਵਰਾਤ ਨੇ, ਪ੍ਰਭਤਾ ਹੈ, ਮਾਣ ਸਨਮਾਨ ਹੈ, ਦੁੱਖ ਹੈ, ਨਹੀਂ ਮਿਟਦਾ, ਦੁੱਖ ਹੈ। ਪਰ ਜੇ ਦੁੱਖ ਹੈ, ਧੰਨ ਗੁਰੂ ਨਾਨਕ ਦੇਵ ਜੀ ਸਲੋਂਝ ਕਹਿੰਦੇ ਨੇ, ਦੁੱਖ ਕੀ ਪੰਡਾਂ ਖੁੱਲੀਆਂ, ਸੁੱਖ ਨਾਨਕ ਸੇਵ ਕੋਇ। ਹਰ ਮਨੁੱਖ ਕੀ ਇਹ ਦੁੱਖ ਦੀ ਪੰਡ ਹੈ, ਤੇ ਪੰਡ ਨੂੰ ਖੋਲਣ ਦਾ ਢੰਗ ਕੀ ਹੈ? ਬਸ ਤੁਸੀਂ ਆਪਣਾ ਇੱਕ ਦੁੱਖ ਸੁਣਾਓ, ਅਗਲੇ ਦੇ ਸੌ ਦੁੱਖ ਸੁਣੋ। ਇਸ ਵਾਸਤੇ ਸਿਆਣੇ ਮਨੁੱਖ ਆਪਣਾ ਇੱਕ ਦੁੱਖ ਨਹੀਂ ਸੁਣਾਉਂਦੇ, ਕਿਉਂ? ਅਗਲੇ ਦੇ ਸੌ ਸੁਣਨੇ ਪੈਣਗੇ, ਅਗਲਾ ਚੁੱਪ ਹੀ ਨਹੀਂ ਕਰੇਗਾ, ਨਹੀਂ ਸੁਣਾਉਂਦੇ। ਦੁੱਖ ਹੈ, ਲੇਕਿਨ ਆਸਾ ਮਨੁੱਖ ਨੂੰ ਭਵਿਸ਼ ਵਿੱਚ ਲੈ ਜਾਂਦੀ ਹੈ, ਆਸਾ। ਇਸ ਵਾਸਤੇ ਆਸਾ ਦਾ ਤਿਆਗ ਦੱਸਿਆ, ਆਸਾ ਦੇ ਤਿਆਗ ਨਾਲ ਭਵਿਸ਼ ਖਤਮ ਹੋ ਜਾਂਦਾ। ਆਸਾ ਦੇ ਤਿਆਗ ਨਾਲ ਵਰਤਮਾਨ ਜੋ ਹੈ, ਭੂਤਕਾਲ ਵੀ ਖਤਮ ਹੋ ਜਾਂਦਾ, ਤੇ ਵਰਤਮਾਨ ਦੇ ਅਰਥ ਨੇ ਜਿਹਨੂੰ ਮੈਂ ਵਰਤ ਸਕਦਾ, ਜਿਹਨੂੰ ਮੈਂ ਵਰਤ ਸਕਦਾ। ਵਰਤਮਾਨ ਦਾ ਹੋਰ ਕੋਈ ਅਰਥ ਨਹੀਂ, ਬਰਤਨ, ਜਿਹਨੂੰ ਮੈਂ ਬਰਤਨ ਵਿੱਚ ਲਿਆ ਸਕਦਾ, ਵਰਤਨ ਵਿੱਚ ਲਿਆ ਸਕਦਾ। ਬਰਤਨ ਦੇ ਅਖਰੀ ਅਰਥ ਇਹ ਹੈ, ਜਿਸ ਨੂੰ ਮੈਂ ਇਸਤੇਮਾਲ ਕਰ ਸਕਦਾ, ਜਿਹਨੂੰ ਮੈਂ ਵਰਤ ਸਕਦਾ, ਵਰਤਨ। ਵਰਤਨ ਜਾ ਕੇ ਕੇਵਲ ਨਾਮ, ਜਿਹਨੂੰ ਮੈਂ ਵਰਤ ਸਕਦਾ, ਜਿਹਨੂੰ ਮੈਂ ਇਸਤੇਮਾਲ ਕਰ ਸਕਦਾ, ਬਰਤਨ, ਵਰਤਨ, ਵਰਤਮਾਨ। ਉਹ ਸਮਾਂ ਜੋ ਵਰਤਮਾਨ ਹੈ, ਜਿਹਨੂੰ ਮੈਂ ਵਰਤ ਸਕਦਾ।
ਤੋ ਵਰਤਮਾਨ ਕਿੰਨਾ ਕੁ ਹੈ, ਕਿੰਨਾ ਕੁ ਹੈ ਜਿਹਨੂੰ ਮੈਂ ਵਰਤ ਸਕਦਾ? ਕਿਆ ਗੁਜ਼ਰੇ ਹੋਏ ਕੱਲ ਨੂੰ ਮੈਂ ਅੱਜ ਵਰਤ ਸਕਦਾ, ਇਸਤੇਮਾਲ ਕਰ ਸਕਦਾ? ਕਿਆ ਆਉਣ ਵਾਲੇ ਕੱਲ ਨੂੰ ਮੈਂ ਅੱਜ ਵਰਤ ਸਕਦਾ, ਹੁਣ ਵਰਤ ਸਕਦਾ? ਤੇ ਵਰਤਮਾਨ ਨਹੀਂ ਹੈ। ਤੋ ਗੁਜ਼ਰੇ ਹੋਏ ਕੱਲ ਦੀ ਗੱਲ ਛੱਡੋ, ਆਉਣ ਵਾਲੇ ਕੱਲ ਦੀ ਗੱਲ ਛੱਡੋ, ਹੁਣ ਤੋਂ ਪਹਿਲੇ ਵਾਲਗਨ ਇੱਕ ਘੰਟਾ ਪਹਿਲੇ ਜੋ ਸਮਾਂ ਸੀ ਉਸਨੂੰ ਮੈਂ ਵਰਤ ਸਕਦਾ, ਹੁਣ ਵਰਤ ਸਕਦਾ? ਉਹਨੂੰ ਇਸਤੇਮਾਲ ਵਿੱਚ ਲਿਆ ਸਕਦਾ? ਨਹੀਂ। ਜਿਹਨੂੰ ਮੈਂ ਵਰਤਨ ਵਿੱਚ ਲਿਆ ਸਕਦਾ, ਵਰਤਨ ਵਿੱਚ ਲਿਆ ਸਕਦਾ, ਇਸਤੇਮਾਲ ਕਰ ਸਕਦਾ, ਵਰਤਮਾਨ। ਤੋ ਵਰਤਮਾਨ ਕੀ ਹੈ? ਗੁਰਬਾਣੀ ਕਹਿੰਦੀ ਵਰਤਮਾਨ ਕੇਵਲ ਇੱਕਦਮ ਹੈ, ਇੱਕਦਮ, ਇੱਕ ਸਵਾਸ, ਇੱਕੋ ਹੀ ਸਵਾਸ। ਹਮ ਆਦਮੀ ਆ ਇੱਕਦਮੇ, ਮੌਲਤ ਮੌਤ ਨਾ ਜਾਣਾ। ਵਰਤਮਾਨ ਕੀ ਹੈ? ਇੱਕਦਮ, ਇੱਕਦਮ। ਪਰਮਾਤਮਾ ਜਦ ਵੀ ਮਿਲੇਗਾ ਵਰਤਮਾਨ ਦੇ ਚ, ਤੇ ਵਰਤਮਾਨ ਕਿਤਨਾ ਹੈ? ਇੱਕਦਮ। ਤੋ ਇੰਝ ਕਹਿ ਲਓ, ਪਰਮਾਤਮਾ ਜਦ ਵੀ ਮਿਲੇਗਾ ਇੱਕਦਮ ਦੇ ਚ, ਇੱਕਦਮ ਦੇ ਚ, ਇੱਕ ਸੈਕਿੰਡ ਦੇ ਚ, ਲੱਖਾਂ ਸਾਲ ਨਹੀਂ, ਕਰੋੜਾਂ ਸਾਲ ਨਹੀਂ, ਬਹੁਤੇ ਜਨਮ ਨਹੀਂ, ਬਹੁਤੇ ਦਿਨ ਨਹੀਂ, ਕਿਉਂਕਿ ਉਹਨੂੰ ਤੇ ਮੈਂ ਵਰਤ ਹੀ ਨਹੀਂ ਸਕਦਾ, ਉਹ ਮੇਰੇ ਵਰਤਨ ਵਿੱਚ ਹੈ ਨਹੀਂ। ਵਰਤਮਾਨ ਕੀ ਹੈ? ਜਿਹਨੂੰ ਮੈਂ ਵਰਤ ਸਕਦਾ ਇੱਕਦਮ, ਇਹਨੂੰ ਮੈਂ ਵਰਤ ਸਕਦਾ। ਤੇ ਦੁਨੀਆ ਦੇ ਜਿਤਨੇ ਮਹਾਂਮੰਤਰ ਨੇ ਇੱਕਦਮ ਵਿੱਚ ਪੂਰੇ ਹੋ ਜਾਂਦੇ ਨੇ। ਰਾਮ ਇੱਕਦਮ ਵਿੱਚ ਪੂਰਾ ਹੋ ਗਿਆ, ਅੱਲਾਹੋ ਇੱਕਦਮ ਵਿੱਚ ਪੂਰਾ ਹੋ ਗਿਆ, ਓਮ ਇੱਕਦਮ ਵਿੱਚ ਪੂਰਾ ਹੋ ਗਿਆ, ਵਾਹਿਗੁਰੂ ਇੱਕਦਮ ਵਿੱਚ ਪੂਰਾ ਹੋ ਗਿਆ। ਦੁਨੀਆ ਦੇ ਸਾਰੇ ਮਹਾਂਮੰਤਰ ਇੱਕਦਮ ਵਿੱਚ ਪੂਰੇ ਹੋ ਜਾਂਦੇ ਹਨ। ਤੇ ਜੇ ਇੱਕਦਮ ਵਿੱਚ ਮਿਲੇਗਾ ਤਾਂ ਇੱਕ ਦਫਾ ਵਾਹਿਗੁਰੂ ਆਖਣ ਨਾਲ ਵਾਹਿਗੁਰੂ ਮਿਲੇਗਾ, ਇੱਕ ਦਫਾ, ਇੱਕ ਦਫਾ। ਵੀ ਮੈਂ ਕਰਦਾ ਇੱਕ ਦਫਾ ਅੱਲਾਹ ਨਾਲ ਅੱਲਾਹ ਦੀ ਪ੍ਰਾਪਤੀ, ਇੱਕ ਦਫਾ ਰਾਮ ਕਹਿਣ ਨਾਲ ਰਾਮ ਦੀ ਪ੍ਰਾਪਤੀ। ਭਗਤ ਮਾਲ ਦੀ ਕਥਾ ਹੈ, ਕਿਧਰੇ ਲੋਈ ਨੇ ਇੱਕ ਰੋਗੀ ਤੋਂ ਤਿੰਨ ਦਫਾ ਰਾਮ ਦਾ ਨਾਮ ਉਚਾਰਨ ਕਰਵਾਇਆ ਤੇ ਉਹਦਾ ਰੋਗ ਦੂਰ ਕੀਤਾ। ਕਬੀਰ ਨਾਰਾਜ਼ ਹੋਏ, ਇਤਨੀ ਤੋਹੀਨ, ਇਤਨੀ ਨਿਰਾਦਰੀ ਪਰਮਾਤਮਾ ਦੀ, ਔਰ ਲੋਈ ਉਹ ਤੇਰੇ ਰਾਹੀਂ ਤੂੰ ਪ੍ਰਭੂ ਦੀ ਨਿਰਾਦਰੀ ਕੀਤੀ ਹੈ, ਭਾਵੇਂ ਨਿਰਾਦਰੀ ਉਸਦੀ ਕਰ ਨਹੀਂ ਸਕਦੇ। ਜੈਸੇ ਕੋਈ ਸੂਰਜ ਦੇਤੇ ਲਾਂਤਾ ਪਾਵੇ, ਥੁੱਕਣਾ ਚਾਹੇ ਤੂੰ ਜਾ ਸਕਦੀ ਉੱਥੇ ਤੱਕ, ਪਰ ਮਨੁੱਖ ਕਰ ਤੇ ਸਕਦਾ ਐਸਾ? ਤੂੰ ਅਪਮਾਨ ਕੀਤਾ ਹੈ, ਤੂੰ ਨਿਰਾਦਰੀ ਕੀਤੀ ਹੈ। ਇੱਕ ਦਫਾ ਰਾਮ ਆਖਦੇ ਆ, ਜਨਮਾਂ ਜਨਮਾਂਤਰਾਂ ਦੇ ਦੁੱਖ ਕੱਟਦੇ ਨੇ, ਸਾਰੇ ਸ਼ਹਿਰ ਦੇ ਦੁੱਖ ਕੱਟਦੇ ਨੇ,
ਤੂੰ ਤਿੰਨ ਦਫਾ ਰਾਮ ਕਹਿਲਾਇਆ, ਇੱਕ ਰੋਗੀ ਦਾ ਰੋਗ ਦੂਰ ਕੀਤਾ, ਰਾਮ ਨਾਮ ਦੀ ਮਹਿਮਾ ਇਹਦੀ ਤੂੰ ਨਿਰਾਦਰੀ ਕੀਤੀ ਹੈ। ਪਰਮਾਤਮਾ ਮਹਾ ਆਨੰਦ ਮਹਾ ਰਸ ਪਰਮ ਸ਼ਕਤੀ ਇੱਕਦਮ ਦੇ ਚ ਪ੍ਰਾਪਤੀ ਇੱਕਦਮ। ਮੈਂ ਵਾਕ ਵੀ ਤੁਹਾਡੇ ਸਾਹਮਣੇ ਰੱਖਦੇ ਹਾਂ, ਬੇਦ ਕਥੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁੱਕ ਦਮ ਕਰਾਰੀ ਜੋ ਕਰੋ ਹਾਜ਼ਰ ਹਜ਼ੂਰ ਖੁਦਾ ਹੈ। ਟੁੱਕ ਦਮ ਇੱਕਦਮ ਦੇ ਚ ਟਿਕ ਜਾਓ, ਖੁਦਾ ਹਾਜ਼ਰ ਨਾਜ਼ਰ ਇੱਕਦਮ। ਇੱਕਦਮ ਕਿਹੜਾ ਹੈ ਜਿਹੜਾ ਮੇਰੇ ਮੂੰਹ ਚ ਹੈ, ਇਹ ਵਰਤਮਾਨ ਹੈ, ਇਹਨੂੰ ਮੈਂ ਵਰਤ ਸਕਦਾ। ਇਸ ਇੱਕਦਮ ਨਾਲ ਮੈਂ ਵਾਹਿਗੁਰੂ ਵੀ ਕਹਿ ਸਕਦਾ, ਇਸ ਇੱਕਦਮ ਨਾਲ ਮੈਂ ਝੂਠ ਵੀ ਬੋਲ ਸਕਦਾ, ਇਸ ਇੱਕਦਮ ਨਾਲ ਮੈਂ ਗਾਲ ਵੀ ਕੱਢ ਸਕਦਾ, ਇਸ ਇੱਕਦਮ ਨਾਲ ਮੈਂ ਮਿੱਠਾ ਵੀ ਬੋਲ ਸਕਦਾ ਇੱਕਦਮ। ਇਹ ਇੱਕਦਮ ਮੈਨੂੰ ਪ੍ਰਭੂ ਨਾਲ ਜੋੜ ਕੇ ਜੋਗੀ ਬਣਾ ਦੇਵੇਗਾ। ਇੱਕਦਮ ਦਾ ਬੋਲ ਮੈਨੂੰ ਤੋੜ ਕੇ ਭੋਗੀ ਬਣਾ ਦੇਗਾ, ਦੁਖੀ ਬਣਾ ਦੇਗਾ ਇੱਕਦਮ। ਇਹੀ ਵਰਤਮਾਨ ਹੈ। ਤੇ ਹੁਣ ਮੈਂ ਅਰਜ਼ ਕਰਾਂ, ਜ਼ਿੰਦਗੀ ਕਿੰਨੀ ਹੈ? ਇੱਕ ਦਿਨ, ਇੱਕਦਮ, ਬਸ ਇੱਕਦਮ। ਜੋ ਦਮ ਅਜੇ ਆਇਆ ਹੀ ਨਹੀਂ ਉਹ ਤੇ ਉਧਾਰੀ ਹੈ, ਪਤਾ ਨਹੀਂ ਮਿਲਣੀ ਵੀ ਹੈ ਕਿ ਨਹੀਂ। ਤੇ ਜਿਹੜਾ ਦਮ ਚਲਾ ਗਿਆ ਤੇ ਮੈਂ ਖਰਚ ਕਰ ਲਿਆ, ਉਹ ਤੂੰ ਜੋ ਖਰਚ ਲਿਆ। ਤੇ ਜਿਹੜਾ ਦਮ ਮੇਰੇ ਮੂੰਹ ਦੇ ਚ ਹੈ, ਬਸ ਇਹੀ ਨਕਦ ਹੈ, ਇਹੀ ਨਕਦੀ ਹੈ, ਬਸ ਇਹੀ ਨਕਦੀ ਇੱਕਦਮ। ਹਮ ਆਦਮੀ ਆ ਇੱਕਦਮ। ਜਦ ਕੋਈ ਐਸਾ ਸਮਝਦਾ ਹੈ ਮੇਰੀ ਜ਼ਿੰਦਗੀ ਇੱਕਦਮ ਹੈ, ਤੇ ਉਸਦੀ ਸਾਰੀ ਚੇਤਨਾ, ਉਸਦੀ ਸਾਰੀ ਸ਼ਕਤੀ ਇੱਕਦਮ ਦੇ ਚ ਆ ਜਾਂਦੀ ਹੈ। ਤੇ ਪੂਰੀ ਸ਼ਕਤੀ ਲਾ ਕੇ ਜਦੋਂ ਵਾਹਿਗੁਰੂ ਆਖਦਾ, ਵਾਹਿਗੁਰੂ ਪ੍ਰਗਟ ਹੋ ਜਾਂਦਾ ਹੈ, ਹਾਜ਼ਰ ਹਜ਼ੂਰ ਖੁਦਾ ਹੈ। ਜਦ ਕਹਿੰਦੇ ਨਹੀਂ ਮੈਂ 100 ਸਾਲ ਜੀਵਣਾ, ਅਜੇ ਕਿਹੜਾ ਮੈਂ ਮਰਨਾ, ਹਜ਼ਾਰਾਂ ਸਾਲ ਜੀਵਣਾ, ਤਾਂ ਉਹ ਇੱਕਦਮ ਦੇ ਚ ਆਉਂਦਾ ਹੀ ਨਹੀਂ। ਤੇ ਇੱਕਦਮ ਦੇ ਚ ਪੂਰੀ ਸ਼ਕਤੀ ਨਹੀਂ ਲੱਗਦੀ, ਉਂਝ ਵਾਹਿਗੁਰੂ 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 ਕਰੀ ਜਾਂਦਾ ਹੁੰਦਾ, ਕੁਛ ਵੀ ਨਹੀਂ, ਕੁਛ ਵੀ ਨਹੀਂ। ਇਹ ਵੀ ਮਹਿਰਜ ਕਰਦੇ ਹਾਂ, ਰਟੀ ਜਾਂਦੇ ਨੇ ਰਾਮ 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 ਰਾਮ। ਇੱਕ ਦਫਾ ਰਾਮ ਦੇ ਆਖਦੇ ਆ ਰਾਮ ਪ੍ਰਗਟ ਹੋਵੇਗਾ, ਇੱਕ ਦਫਾ ਅੱਲਾਹ ਹੋਈ ਕਾਫੀ ਹੈ, ਇੱਕ ਦਫਾ ਵਾਹਿਗੁਰੂ ਆਖੇ ਕਾਫੀ ਹੈ। ਹੁਣ ਅੰਮ੍ਰਿਤ ਨਾਮ ਵਿਸ਼ੇਸ਼ ਇਤੀ ਮੁਖ ਇੱਕ ਵਾਰ ਸ੍ਰੀ ਵਾਹਿਗੁਰੂ ਕਹੇ ਭਾਈ ਗੁਰਦਾਸ। ਹੋਰ ਤੇ ਮੈਨੂੰ ਕੁਝ ਖੁਲਾਸਾ ਕਰਨ ਨੂੰ ਸ਼ਬਦ ਮਿਲਦੇ ਨਹੀਂ ਪਏ। ਕਬੀਰ ਦੇ ਬੋਲ ਫਿਰ ਤੁਹਾਡੇ ਸਾਹਮਣੇ ਰੱਖਦੇ ਹਾਂ, ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ, ਇਹ ਚਿੰਤਾ ਨਹੀਂ ਜਾਣ ਲੱਗੀ। ਪੜ੍ਹਦਾ ਰਹੇ ਤੂੰ, ਕਿੰਨੇ ਧਰਮ ਗ੍ਰੰਥ ਪੜ੍ਹ ਲਏ, ਸੂਚਨਾਵਾਂ ਇਕੱਠੀਆਂ ਕਰ ਲਏਗਾ, ਖਬਰਾਂ ਇਕੱਠੀਆਂ ਕਰ ਲਏਗਾ, ਜਾਣਕਾਰੀ ਇਕੱਠੀ ਕਰ ਲਏਗਾ, ਪਰ ਤੁਕ ਦਮ ਕਰਾਰੀ ਜੋ ਕਰੋ ਹਾਜ਼ਰ ਹਜ਼ੂਰ ਖੁਦਾ ਹੈ। ਹਮ ਆਦਮੀ ਆ ਇੱਕਦਮੇ, ਗੁਰੂ ਨਾਨਕ, ਹਮ ਆਦਮੀ ਆ ਇੱਕਦਮੇ, ਬਸ ਸਾਡੀ ਜ਼ਿੰਦਗੀ ਕੀ ਇੱਕਦਮ, ਇੱਕਦਮ, ਇਸ ਤੋਂ ਜ਼ਿਆਦਾ ਨਹੀਂ। ਇਸ ਤੋਂ ਜ਼ਿਆਦਾ ਕਿਸ ਤਰ੍ਹਾਂ ਹੋ ਸਕਦੀ ਹੈ? ਜਿਹੜਾ ਦਮ ਅਜੇ ਆਇਆ ਨਹੀਂ ਉਸਨੂੰ ਮੈਂ ਵਰਤ ਸਕਦਾ,
ਤੇ ਜਿਹੜਾ ਦਮ ਚਲਾ ਗਿਆ ਉਹਨੂੰ ਮੈਂ ਵਰਤ ਸਕਦਾ ਤੇ ਪਰਮਾਤਮਾ ਵਰਤਮਾਨ ਵਿੱਚ ਪ੍ਰਗਟ ਹੋਵੇਗਾ, ਵਰਤਮਾਨ ਵਿੱਚ, ਤੇ ਵਰਤਮਾਨ ਇੱਕਦਮ ਹੈ, ਇੱਕਦਮ, ਇਸ ਤੋਂ ਜ਼ਿਆਦਾ ਨਹੀਂ। ਇਸੇ ਨੂੰ ਭਾਈ ਨੰਦ ਲਾਲ ਕਹਿੰਦੇ ਨੇ, ਯਕਦਮ ਬਹੇਸ਼ ਰਾਨ ਬੁਰਦਮ ਕੇ ਕੀਸਤਮ, ਐ ਵਾਏ ਨਕ ਦੇ ਜ਼ਿੰਦਗੀ ਰਾਏਗਾ ਗੁਜਸਤ। ਮੈਂ ਇੱਕ ਦਮ ਵਿੱਚ ਕਦੀ ਆਇਆ ਹੀ ਨਹੀਂ ਜੋ ਨਕਦ ਸੀ, ਮੈਂ ਵਰਤਮਾਨ ਵਿੱਚ ਕਦੀ ਆਇਆ ਹੀ ਨਹੀਂ ਜੋ ਨਕਦ ਸੀ, ਹਮੇਸ਼ਾ ਉਧਾਰੀ ਨਾਲ ਉਲਝਿਆ ਰਿਹਾ, ਹਮੇਸ਼ਾ ਜੋ ਖਰਚ ਕਰ ਚੁੱਕਿਆ ਉਸਦੀ ਚਿੰਤਾ ਚ ਰਿਹਾ, ਔਰ ਹਮੇਸ਼ਾ ਉਧਾਰੀ ਉਹ ਮਿਲੇ ਉਸਦੀ ਚਿੰਤਾ ਚ ਰਿਹਾ। ਜੋ ਨਕਦੀ ਸੀ ਉੱਥੇ ਮੈਂ ਆਇਆ ਹੀ ਨਹੀਂ, ਉਹਨੂੰ ਮੈਂ ਵਰਤਿਆ ਹੀ ਨਹੀਂ, ਤੇ ਨਕਦੀ ਕੀ ਸੀ? ਇੱਕਦਮ, ਐ ਵਾਏ ਨਕਦੇ ਜ਼ਿੰਦਗੀ ਰਾਏਗਾ ਗੁਜ਼ਰ, ਮੇਰੀ ਨਕਦ ਜ਼ਿੰਦਗੀ ਰਾਏਗਾ ਚਲੀ ਗਈ, ਬਰਬਾਦ ਚਲੀ ਗਈ, ਤੇ ਨਕਦ ਜ਼ਿੰਦਗੀ ਕਿਤਨੀ ਸੀ? ਯਕਦਮ, ਇੱਕਦਮ, ਫਾਰਸੀ ਚ ਯਕ ਕਹਿੰਦੇ ਨੇ, ਇੱਕ ਨੂੰ ਯਕ, ਇੱਕਦਮ। ਹਮ ਆਦਮੀ ਆ ਇੱਕਦਮ ਹੀ, ਟੁਕਦਮ ਕਰਾਰੀ ਜੋ ਕਰੋ ਹਾਜ਼ਰ ਹਜ਼ੂਰ ਖੁਦਾ ਹੈ, ਬਸ ਇੱਕਦਮ, ਪੂਰੇ ਧਿਆਨ ਨਾਲ, ਪੂਰੇ ਜੋਸ਼ ਨਾਲ, ਪੂਰੀ ਸ਼ਰਧਾ ਨਾਲ, ਪੂਰੀ ਇਕਾਗਰਤਾ ਨਾਲ, ਅਗਰ ਕੋਈ ਇੱਕਦਮ ਵਿੱਚ ਆ ਕੇ ਵਾਹਿਗੁਰੂ ਕਹੇਗਾ, ਉਸੇ ਵਕਤ ਪ੍ਰਗਟ ਹੋ ਜਾਏਗਾ। ਇਸ ਵਾਸਤੇ ਕਹਿੰਦੇ ਨੇ ਪਰਮਾਤਮਾ ਨਿਮਕ ਵਿੱਚ ਪ੍ਰਾਪਤ ਹੁੰਦਾ, ਇੱਕ ਸੈਕਿੰਡ ਵਿੱਚ। ਨਿਰਵਾਣ ਕੀਰਤਨ ਗਾਓ ਕਰਤੇ ਕਾ ਨਿਮਕ ਸਿਮਰਤ ਜਿਤ ਛੂਟੇ, ਨਿਮਕ ਇੱਕ ਸੈਕਿੰਡ। ਇੱਕ ਚਿੱਤ ਜੈ ਇੱਕ ਛਿਨ ਧਿਆਇਓ ਕਾਲ ਫਾਸ ਕੇ ਬੀਚ ਨਾ ਆਇਓ, ਇੱਕ ਚਿੱਤ ਇੱਕ ਛਿਨ ਇੱਕ ਸੈਕਿੰਡ ਇੱਕਦਮ। ਖੁਦਾ ਜਦ ਵੀ ਮਿਲੇਗਾ ਇੱਕਦਮ ਵਿੱਚ ਉਸੇ ਚ ਪ੍ਰਗਟ ਹੋਵੇਗਾ। ਇੱਕਦਮ ਨਕਦੀ ਹੈ, ਇਹੀ ਸਾਡੀ ਜ਼ਿੰਦਗੀ ਹੈ। ਅਗਰ ਇੱਕਦਮ ਵਿੱਚ ਅਸੀਂ ਆਏ ਨਾ ਤੇ ਪਰਮ ਰਸ ਪਰਮਾਤਮਾ ਸਾਡੀ ਜ਼ਿੰਦਗੀ ਚ ਪ੍ਰਗਟ ਨਾ ਹੋਇਆ, ਦਮ ਦਮ ਕਰਕੇ ਜ਼ਿੰਦਗੀ ਗਈ ਗਈ। ਸੱਚਾਈ ਹੈ, ਪ੍ਰਥਮ ਸੱਚਾਈ ਹੈ, ਇਸਦੀ ਚਿੰਤਾ ਕਰਦੀ, ਬਹਾਓ ਹੈ ਸਭ ਕੁਛ, ਬਹਿ ਰਿਹਾ। ਕਰ ਚਿੰਤਾ, ਅਨਹੋਣੀ ਕੁਛ ਹੋਵੇ, ਅਨਹੋਣੀ ਹੈ ਹੀ ਨਹੀਂ, ਦੁੱਖ ਹੈ। ਅਗਰ ਦੁੱਖ ਹੈ ਤਾਂ ਇਸਦਾ ਕਾਰਨ ਵੀ ਹੈ ਕਿ ਅਗਿਆਨ, ਦੁੱਖ ਦੀ ਸਮਝ ਕੋਈ ਨਹੀਂ, ਪਤਾ ਕੋਈ ਨਹੀਂ। ਨਿਵਰਤੀ ਦਾ ਸਾਧਨ ਵੀ ਹੈ ਕਿ ਗਿਆਨ, ਤੇ ਗਿਆਨ ਕੀ ਹੈ? ਇੱਕਦਮ ਵਿੱਚ ਆ ਜਾਣਾ। ਅਗਿਆਨ ਕੀ ਹੈ? ਗੁਜ਼ਰੇ ਹੋਏ ਦਮਾਂ ਚ ਭਟਕਣਾ। ਅਗਿਆਨ ਕੀ ਹੈ? ਆਉਣ ਵਾਲੇ ਦਮਾਂ ਦੀ ਚਿੰਤਾ। ਐਸਾ ਹੋਣਾ ਚਾਹੀਦਾ ਕਿਧਰੇ ਐਸਾ ਨਾ ਹੋਵੇ, ਨਾ ਹੋਵੇ ਚਿੰਤਾ। ਐਸਾ ਨਹੀਂ ਹੋਣਾ ਚਾਹੀਦਾ ਕਿਧਰੇ ਐਸਾ ਨਾ ਹੋਵੇ ਕਿ ਹੋ ਜਾਏ ਚਿੰਤਾ। ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ, ਜੋ ਨਹੀਂ ਹੁੰਦਾ ਨਹੀਂ ਹੁੰਦਾ, ਚਿੰਤਾ ਕਰਦੀ, ਜੋ ਹੁੰਦਾ ਹੈ ਹੁੰਦਾ ਹੈ, ਚਿੰਤਾ ਕਰਦੀ। ਚਿੰਤਾ ਤਾਂ ਕੀ ਕੀਜੀਏ ਜੋ ਅਨਹੋਣੀ ਹੋਏ,
ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਇ, ਟਿਕਿਆ ਹੋਇਆ ਕੁਛ ਵੀ ਨਹੀਂ, ਸਭ ਬਹਾਵ ਹੈ, ਬਹਿ ਰਿਹਾ ਹੈ। ਅਸੀਂ ਜੋ ਸਵੇਰੇ ਸੀ ਨਾ, ਹੁਣ ਉਹ ਨਹੀਂ ਆ, ਔਰ ਅਸੀਂ ਜੋ ਹੁਣ ਹਾਂ ਸਵੇਰੇ ਉਹ ਨਹੀਂ ਆਵਾਂਗੇ, ਬਹਿ ਰਹੇ ਹਾਂ, ਬਹਿ ਰਹੇ। ਕੋਈ ਬੱਚਾ ਇੱਕ ਦਿਨ ਦੇ ਜਵਾਨ ਨਹੀਂ ਹੋ ਜਾਂਦਾ, ਰੋਜ਼ ਹੋ ਰਿਹਾ ਹੈ, ਪਲ ਪਲ ਵਿੱਚ ਹੋ ਰਿਹਾ ਹੈ। ਤੇ ਕੋਈ ਜਵਾਨ ਇੱਕ ਦਿਨ ਵਿੱਚ ਜਾਂ ਕੁਛ ਸਾਲਾਂ ਚ ਬੁੱਢਾ ਨਹੀਂ ਆਉਂਦਾ, ਪਲ ਪਲ ਵਿੱਚ ਬੁੱਢਾ ਹੋ ਰਿਹਾ ਹੈ। ਹੁਣ ਮੈਂ ਅਰਜ਼ ਕਰਾਂ, ਕੋਈ ਮਨੁੱਖ ਇੱਕ ਦਿਨ ਵਿੱਚ ਨਹੀਂ ਮਰਦਾ, ਰੋਜ਼ ਮਰ ਰਿਹਾ ਹੈ, ਰੋਜ਼ ਮਰ ਰਿਹਾ, ਪਲ ਪਲ ਵਿੱਚ ਮਰ ਰਿਹਾ ਹੈ। ਇਸ ਨੂੰ ਮੈਂ ਇਸ ਤਰ੍ਹਾਂ ਬਿਆਨ ਕਰਾਂ, ਜਿਵੇਂ ਮਮਤਾ ਦੀ ਮਾਰੀ ਹੋਈ ਮਾਂ ਕਹਿੰਦੀ ਹੈ, 5 ਸਾਲ ਦਾ ਬੱਚਾ ਉਹਨੂੰ ਦੇਖ ਕੇ ਕਹਿੰਦੀ, ਅੱਜ ਦਾ ਦਿਨ ਲੰਘ ਗਿਆ, ਮੇਰਾ ਬੱਚਾ ਇੱਕ ਦਿਨ ਵੱਡਾ ਹੋ ਗਿਆ, 5 ਸਾਲ 1 ਮਹੀਨਾ, ਮੇਰਾ ਬੱਚਾ ਇੱਕ ਦਿਨ ਵੱਡਾ ਹੋ ਗਿਆ। ਕਬੀਰ ਕਹਿੰਦੇ, ਨਾਪਣਾ ਤੋਲਾ ਮੇਰੇ ਕੋਲ ਸਿੱਖ, ਇੱਕ ਦਿਨ ਛੋਟਾ ਹੋ ਗਿਆ, ਇੱਕ ਦਿਨ ਛੋਟਾ ਹੋ ਗਿਆ, ਤੂੰ ਮੇਰੇ ਕੋਲ ਪੁੱਛ। ਅਗਰ ਇਸਨੇ 70 ਸਾਲ ਰਹਿਣਾ, ਜੀਵਣਾ, ਚਲੋ 80 ਸਾਲ ਜੀਵਣਾ, ਤਾਂ ਅੱਜ ਦਾ ਇੱਕ ਦਿਨ ਲੰਘ ਗਿਆ, ਘੱਟ ਗਿਆ ਕਿ ਵੱਧ ਗਿਆ? ਜਨਨੀ ਜਾਣਤ ਹੈ ਸੁਤ ਬੜਾ ਹੋਤ ਹੈ, ਇਤਨਕ ਨਾ ਜਾਣੇ ਜੇ ਦਿਨ ਦਿਨ ਔਦ ਘਟਤ ਹੈ। ਘਟ ਰਿਹਾ, ਔਰ ਸਭ ਕੁਛ ਘਟ ਰਿਹਾ, ਘਟੰਤ ਦੀਪੰ ਘਟੰਤ ਰੂਪੰ ਘਟੰਤ ਰਵ ਸਸ ਨਿਖਤ੍ਰ ਗਗਨੰ। ਤੇ ਮੈਂ ਫਿਰ ਅਰਜ਼ ਕਰਾਂ, ਇਹ 4 ਪ੍ਰਬਲ ਸੱਚਾਈਆਂ ਨੇ, ਦੁੱਖ ਹੈ, ਸ਼ਹਿਰ ਦੇ ਬਦਲਦਿਆਂ, ਮੁਲਕ ਦੇ ਬਦਲਦਿਆਂ, ਮਕਾਨ ਦੇ ਬਦਲਦਿਆਂ, ਲਿਬਾਸ ਦੇ ਬਦਲਦਿਆਂ, ਭਾਸ਼ਾ ਦੇ ਬਦਲਦਿਆਂ, ਦੁੱਖ ਨਹੀਂ ਬਦਲਦੇ, ਦੁੱਖ ਰਹਿੰਦੇ ਨੇ। ਕੁਛ ਵੀ ਬਦਲੀਏ ਦੁੱਖ ਹੈ, ਦੁੱਖ ਨਹੀਂ ਜਾਂਦਾ। ਸ਼ਹਿਰ ਦੇ ਬਦਲਦਿਆਂ, ਮੈਂ ਫਿਰ ਅਰਜ਼ ਕਰਾਂ, ਮੁਲਕ ਦੇ ਬਦਲਦਿਆਂ, ਘਰ ਦੇ ਬਦਲਦਿਆਂ, ਪਰਿਵਾਰ ਦੇ ਬਦਲਦਿਆਂ, ਸੰਸਾਰ ਦੇ ਬਦਲਦਿਆਂ, ਪਦਾਰਥਾਂ ਦੇ ਬਦਲਦਿਆਂ, ਦੁੱਖ ਰਹਿੰਦਾ ਹੈ। ਕੁਛ ਵੀ ਬਦਲ ਲੋ, ਦੁੱਖ ਹੈ। ਅਗਰ ਇਸ ਤਰ੍ਹਾਂ ਮਨੁੱਖ ਨੂੰ ਪਤਾ ਚੱਲ ਜਾਏ, ਤਾਂ ਪਹਿਲੀ ਸੱਚਾਈ ਦਾ ਪਤਾ ਚੱਲ ਗਿਆ, ਪਹਿਲੀ ਸੱਚਾਈ ਦਾ। ਮਹਾਰਾਜ ਕਹਿੰਦੇ ਨੇ, ਬਹੁਤ ਵੱਡੀ ਸੱਚਾਈ ਨੂੰ ਉਸਨੇ ਜਾਣ ਲਿਆ ਜੋ ਸੰਸਾਰ ਵਿੱਚ ਵਿਆਪਕ ਹੈ। ਇਸ ਦਾ ਕਾਰਨ ਵੀ ਹੈ ਕੇਵਲ ਅਗਿਆਨ, ਨਾ ਸਮਝੀ। ਤੇ ਮੈਂ ਫਿਰ ਅਰਜ਼ ਕਰਾਂ, ਜੋ ਮੇਰੀ ਸਮਝ ਵਿੱਚ ਨਹੀਂ ਹੈ, ਅਗਰ ਮੇਰੀ ਸਮਝ ਵਿੱਚ ਨਹੀਂ ਤਾਂ ਦੁੱਖ ਵੀ ਨਹੀਂ ਹੈ। ਪਸ਼ੂਆਂ ਦੀ ਦੁਨੀਆਂ 'ਚ ਦੁੱਖ ਨਹੀਂ ਹੈ, ਇਹ ਵੀ ਮੈਂ ਅਰਜ਼ ਕਰਾਂ। ਪੰਛੀਆਂ ਦੀ ਦੁਨੀਆਂ 'ਚ ਦੁੱਖ ਨਹੀਂ, ਜਦਕਿ ਦੁੱਖ ਹੈ। ਸਮਝ ਕੋਈ ਨਹੀਂ, ਆਈ ਨਹੀਂ ਸਮਝ। ਜਿਤਨਾ ਅਚੇਤ ਮਨੁੱਖ ਹੋਵੇਗਾ, ਉਤਨੇ ਉਸਨੂੰ ਦੁੱਖ ਦੀ ਸਮਝ ਨਹੀਂ ਹੋਵੇਗੀ। ਇੱਕ ਬੁੱਢੇ ਨੂੰ ਜਿਤਨਾ ਦੁੱਖ ਮਹਿਸੂਸ ਹੁੰਦਾ, ਇੱਕ ਬੱਚੇ ਨੂੰ ਉਤਨਾ ਨਹੀਂ। ਇਹ ਵੀ ਮੈਂ ਅਰਜ਼ ਕਰਾਂ, ਇੱਕ ਬੱਚੇ ਨੂੰ 102 ਡਿਗਰੀ ਦਾ ਬੁਖਾਰ ਹੈ, ਪਿਆ ਵਿਚਾਰਾ ਅਚੇਤ, ਪਰ ਇਹੀ ਬੁਖਾਰ ਇੱਕ ਬੁੱਢੇ ਨੇ ਸਾਰੇ ਘਰ ਨੂੰ ਵਕਤ ਪਾ ਦਿੱਤਾ, ਉਸਨੇ ਜ਼ਿਆਦਾ ਦੁੱਖ ਮਹਿਸੂਸ ਹੋਇਆ। ਪਰ ਬੱਚੇ ਨਾਲੋਂ ਪਸ਼ੂ ਪਕਸ਼ੂਆਂ ਨੂੰ ਦੁੱਖ ਘੱਟ ਮਹਿਸੂਸ ਹੁੰਦਾ ਹੈ, ਬਨਸਪਤੀ ਨੂੰ ਉਸ ਤੋਂ ਵੀ ਘੱਟ ਮਹਿਸੂਸ ਹੁੰਦਾ ਹੈ, ਪੱਥਰ ਨੂੰ ਬਿਲਕੁਲ ਮਹਿਸੂਸ ਨਹੀਂ ਹੁੰਦਾ। ਜਿਤਨਾ ਅਚੇਤ, ਦੁੱਖ ਨਹੀਂ ਹੈ।
ਅਗਰ ਕੋਈ ਕਹੇ ਆਨੰਦ ਹੀ ਆਨੰਦ ਹੈ, ਰਸ ਹੀ ਰਸ ਹੈ, ਖੇੜਾ ਹੀ ਖੇੜਾ, ਅਚੇਤ ਹੈ, ਪੱਥਰ ਹੈ, ਕੁਛ ਵੀ ਨਹੀਂ, ਇਹਨੂੰ ਕੁਛ ਵੀ ਸਮਝ ਨਹੀਂ, ਇਹਨੂੰ ਤੇ ਪਹਿਲੀ ਸੱਚਾਈ ਦਾ ਹੀ ਨਹੀਂ ਪਤਾ ਚੱਲਿਆ। ਪਹਿਲੀ ਸੱਚਾਈ ਦੁੱਖ ਹੈ, ਦੂਸਰੀ ਸੱਚਾਈ ਇਸ ਦੁੱਖ ਦਾ ਕਾਰਨ ਵੀ ਹੈ ਕਿ ਅਗਿਆਨ, ਨਾ ਸਮਝੀ। ਨਿਵਿਰਤੀ ਦਾ ਸਾਧਨ ਵੀ ਹੈ ਕਿ ਗਿਆਨ, ਸਮਝ। ਹੁਣ ਮੈਂ ਫਿਰ ਅਰਜ਼ ਕਰਦੇ ਹਾਂ, ਅਗਰ ਮੇਰੀ ਸਮਝ ਵਿੱਚ ਨਹੀਂ ਤਾਂ ਪਰਮਾਤਮਾ ਨਹੀਂ ਹੈ, ਨਹੀਂ ਹੈ। ਜੋ ਮੇਰੀ ਸਮਝ ਵਿੱਚ ਨਹੀਂ, ਨਹੀਂ ਹੈ। ਜੋ ਮੇਰੇ ਚੇਤੇ ਵਿੱਚ ਨਹੀਂ, ਨਹੀਂ ਹੈ। ਜੋ ਮੇਰੀ ਮਨੋਤ ਵਿੱਚ ਨਹੀਂ, ਨਹੀਂ ਹੈ। ਭਾਵੇਂ ਹੋਵੇ, ਭਾਵੇਂ ਰੋਮ ਰੋਮ ਵਿੱਚ ਹੋਵੇ, ਭਾਵੇਂ ਜ਼ਰੇ ਜ਼ਰੇ ਚ ਹੋਵੇ, ਮੇਰੀ ਸਮਝ ਵਿੱਚ ਨਹੀਂ ਤਾਂ ਨਹੀਂ ਹੈ। ਔਰ ਜੋ ਮੇਰੇ ਚੇਤੇ ਚ ਨਹੀਂ, ਨਹੀਂ ਹੈ। ਜੋ ਮੇਰੀ ਮਨੋਤ ਵਿੱਚ ਨਹੀਂ, ਨਹੀਂ ਹੈ। ਇਸ ਵਾਸਤੇ ਗੁਰਬਾਣੀ ਜ਼ੋਰ ਲਾਉਂਦੀ ਹੈ, ਸਮਝ ਚੇਤੇ ਕਰ ਮਨ, ਇਸੇ ਤੇ ਜ਼ੋਰ ਲਾਉਂਦੀ। ਦੁੱਖ ਹੈ, ਦੁੱਖ ਦਾ ਕਾਰਨ ਹੈ, ਨਿਵਿਰਤੀ ਦਾ ਸਾਧਨ ਹੈ, ਔਰ ਆਨੰਦ ਹੈ, ਰਸ ਹੈ। ਅਗਰ ਤੈਨੂੰ ਗਿਆਨ ਮਿਲ ਜਾਏ, ਗਿਆਨ ਦੇ ਮਿਲਦਿਆਂ ਹੀ ਭਗਵਾਨ ਪ੍ਰਗਟ ਹੁੰਦਾ ਹੈ। ਜੈਸੇ ਰੋਸ਼ਨੀ ਚ ਸਭ ਕੁਝ ਦਿਖਾਈ ਦੇਣ ਲੱਗ ਪੈਂਦਾ ਹੈ, ਅੰਧੇਰੇ ਚ ਕੁਛ ਵੀ ਨਹੀਂ। ਹੁਣ ਗੁੱਪ ਅੰਧੇਰਾ ਹੋ ਜਾਏ ਤਾਂ ਕੁਛ ਨਹੀਂ ਦਿਖਾਈ ਦੇਗਾ। ਕੌਣ ਬੱਚਾ ਬੈਠਾ, ਕੌਣ ਬਿਰਧ ਬੈਠਾ ਹੈ, ਕੌਣ ਮਾਤਾ ਭੈਣ ਬੈਠੀ ਹੈ, ਕੋਈ ਪੁਰਸ਼ ਬੈਠੇ ਨੇ, ਕੁਛ ਵੀ ਨਹੀਂ ਦਿਖਾਈ ਦੇਗਾ। ਆਕਾਰ ਵੀ ਮਕਾਨ ਦਾ ਨਹੀਂ ਦਿਖਾਈ ਦੇਗਾ, ਗੁਰਦੁਆਰੇ ਦਾ ਕੁਛ ਵੀ ਨਹੀਂ ਦਿਖਾਈ ਦੇਗਾ। ਅੰਧੇਰਾ ਹੈ, ਸੰਸਾਰ ਨਹੀਂ ਦਿਖਾਈ ਦੇਂਦਾ, ਅਗਿਆਨ ਹੈ, ਨਿਰੰਕਾਰ ਨਹੀਂ ਦਿਖਾਈ ਦੇਂਦਾ। ਚਾਨਣਾ ਹੋ ਗਿਆ, ਸੰਸਾਰ ਦਿਖਾਈ ਦੇਣ ਲੱਗ ਪਿਆ। ਗਿਆਨ ਹੈ, ਨਿਰੰਕਾਰ ਦੀ ਝਲਕ ਹੋ ਗਈ, ਪਰਮਾਤਮਾ ਦੀ ਝਲਕ। ਕਹਿੰਦੇ ਅੰਧੇਰੇ ਤੋਂ ਵੱਡਾ ਕੁਛ ਵੀ ਪੜਦਾ ਨਹੀਂ ਹੈ, ਕੋਈ ਵੀ ਐਸਾ ਪੜਦਾ ਨਹੀਂ ਕੋਈ ਸਭ ਕੁਝ ਨੂੰ ਛੁਪਾ ਦੇਵੇ। ਅੰਧੇਰਾ ਸਭ ਕੁਛ ਨੂੰ ਛੁਪਾ ਦਿੰਦਾ, ਇਤਨਾ ਵੱਡਾ ਹੋਰ ਕੋਈ ਪੜਦਾ ਨਹੀਂ ਕਿ ਸਭ ਕੁਛ ਨੂੰ ਛੁਪਾ ਦੇਵੇ। ਪਰ ਅੰਧੇਰਾ ਇੱਕ ਐਸਾ ਪੜਦਾ ਸਭ ਕੁਛ ਛੁਪ ਜਾਂਦਾ ਹੈ। ਅਗਿਆਨ ਇੱਕ ਐਸਾ ਪੜਦਾ ਮਨੁੱਖ ਦੀ ਦੁਨੀਆਂ 'ਚ ਭਗਵਾਨ ਤੱਕ ਨਹੀਂ ਰਹਿੰਦਾ, ਪਰਮਾਤਮਾ ਤੱਕ ਨਹੀਂ ਰਹਿੰਦਾ, ਈਸ਼ਵਰ ਤੱਕ ਨਹੀਂ ਰਹਿੰਦਾ। ਔਰ ਚਾਨਣਾ ਪ੍ਰਕਾਸ਼ ਇੱਕ ਐਸੀ ਸੌਗਾਤ ਹੈ, ਸਭ ਕੁਝ ਦਿਖਾਈ ਦਿੰਦਾ, ਸਭ ਨਾਲ ਸੰਬੰਧ ਜੁੜਦਾ ਹੈ। ਗਿਆਨ ਵਿੱਚ ਭਗਵਾਨ ਪ੍ਰਗਟ ਹੁੰਦਾ ਹੈ, ਜੈਸੇ ਰੋਸ਼ਨੀ ਚ ਪਦਾਰਥ ਪ੍ਰਗਟ ਹੁੰਦੇ ਨੇ, ਰੋਸ਼ਨੀ ਚ ਸੰਸਾਰ ਪ੍ਰਗਟ ਹੁੰਦਾ ਹੈ, ਗਿਆਨ ਵਿੱਚ ਨਿਰੰਕਾਰ ਪ੍ਰਗਟ ਹੁੰਦਾ ਹੈ, ਅੰਧੇਰੇ ਚ ਸੰਸਾਰ ਛੁਪ ਜਾਂਦਾ ਹੈ, ਅਗਿਆਨ ਵਿੱਚ ਨਿਰੰਕਾਰ ਛੁਪ ਜਾਂਦਾ ਹੈ। ਤੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਗਿਆਨ ਦੇ ਚਾਨਣ ਸੂਰਜ ਨੇ, ਸਮਝ ਵਿੱਚ ਆ ਗਈ ਬਖੇਡ ਬਣ ਗਈ। ਕਿਉਂ? ਜੋ ਮੇਰੀ ਸਮਝ ਵਿੱਚ ਨਹੀਂ, ਨਹੀਂ ਹੈ, ਹੈ ਹੀ ਨਹੀਂ, ਭਾਵੇਂ ਹੋ ਗਏ। ਤਾਂ ਮੈਂ ਫਿਰ ਅਰਜ਼ ਕਰਾਂ, ਪਹਿਲੀ ਸੱਚਾਈ ਕੁਛ ਕਿਰਨ, ਕੁਛ ਰੋਸ਼ਨੀ ਹੋ ਗਈ, ਇਹਨੂੰ ਪਤਾ ਚੱਲ ਗਿਆ ਦੁੱਖ ਹੈ ਔਰ ਵਿਆਪਕ ਹੈ। ਦੂਸਰੀ ਸੱਚਾਈ ਦਾ ਵੀ ਪਤਾ ਚੱਲ ਗਿਆ, ਇਹਦਾ ਕਾਰਨ ਵੀ ਹੈ, ਨਾ ਸਮਝੀ, ਮੈਨੂੰ ਪਤਾ ਨਹੀਂ ਕੁਛ। ਔਰ ਤੀਸਰੀ ਸੱਚਾਈ ਵੀ ਪ੍ਰਗਟ ਹੋ ਗਈ ਕਿ ਪਤਾ ਹੈ, ਸਮਝ ਆ ਗਈ, ਗਿਆਨ ਹੈ।
ਔਰ ਚੌਥੀ ਸੱਚਾਈ ਵੀ ਪ੍ਰਗਟ ਹੋ ਗਈ ਗਿਆਨ ਦੀ ਰੋਸ਼ਨੀ ਵਿੱਚ ਭਗਵਾਨ ਪ੍ਰਗਟ ਹੋ ਗਿਆ, ਸਾਰੀਆਂ ਚਿੰਤਾਵਾਂ ਮਿਟ ਗਈਆਂ। ਹੁਣ ਜੋ ਕੁਝ ਹੋ ਰਿਹਾ ਹੋ ਰਿਹਾ, ਕਬੂਲ ਕਬੂਲ, ਮੈਂ ਕਰਤਾ ਨਹੀਂ ਮੈਂ ਸਵੈਮ ਕ੍ਰਿਤ, ਉਹ ਕਰਤਾ। ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ ਕ੍ਰਿਤ ਕਿਉਂ ਚਿੰਤਾ ਕਰੇ, ਕਰਤਾ ਚਿੰਤਾ ਕਰੇ, ਗੱਲ ਖਤਮ। ਕ੍ਰਿਤ ਕਿਉਂ ਚਿੰਤਾ ਕਰੇ, ਕਰਤਾ ਚਿੰਤਾ ਕਰੇ, ਔਰ ਸਾਰੀਆਂ ਚਿੰਤਾਵਾਂ ਮਿਟ ਜਾਂਦੀਆਂ ਨੇ, ਸਾਰੀਆਂ ਚਿੰਤਾਵਾਂ ਦਾ ਅੰਤ ਹੋ ਜਾਂਦਾ। ਚਿੰਤਤ ਹੀ ਦੀ ਸੇ ਸਭ ਕੋਏ, ਚੇਤੇ ਏਕ ਤਹੀਂ ਸੁਖ ਹੋਏ। ਸਤਿਗੁਰ ਰਹਿਮਤ ਕਰਨ, ਪਰਿਪੂਰਨ ਪ੍ਰਮਾਤਮਾ ਬਖਸ਼ਿਸ਼ ਕਰਨ। ਸਤਿਗੁਰ ਦੀ ਇਹ ਬਾਣੀ ਸਾਡੀ ਸਮਝ ਵਿੱਚ ਆਇਆ ਹੈ, ਔਰ ਆ ਗਈ ਹੈ ਸਮਝ ਵਿੱਚ ਤਾਂ ਪਹਿਲੀ ਝਲਕ ਮਿਲੇਗੀ ਦੁੱਖ ਹੈ। ਨਾ ਸ਼ਹਿਰ ਦੇ ਬਦਲਦਿਆਂ ਦੁੱਖ ਮਿਟੇਗਾ, ਨਾ ਮੁਲਕ ਦੇ ਬਦਲਦਿਆਂ, ਨਾ ਮਕਾਨ ਦੇ ਬਦਲਦਿਆਂ, ਨਾ ਰਹਿਣ ਸਹਿਣ ਦੇ ਬਦਲਦਿਆਂ, ਨਾ ਕੱਪੜਿਆਂ ਦੇ ਬਦਲਦਿਆਂ, ਨਾ ਗਹਿਣਿਆਂ ਦੇ ਬਦਲਦਿਆਂ, ਦੁੱਖ ਨਹੀਂ ਬਦਲੇਗਾ, ਦੁੱਖ ਨਹੀਂ ਜਾਏਗਾ, ਦੁੱਖ ਰਹੇਗਾ। ਪਹਿਲੀ ਸੱਚਾਈ ਪ੍ਰਗਟ ਹੋ ਗਈ। ਮੈਂ ਫਿਰ ਅਰਜ਼ ਕਰਾਂ, ਦੂਜੀ ਸੱਚਾਈ ਵੀ ਪ੍ਰਗਟ ਹੋ ਗਈ। ਇਹ ਮਿਟ ਸਕਦਾ ਹੈ, ਇਹ ਜਾ ਸਕਦਾ ਹੈ। ਔਰ ਤੀਸਰੀ ਸੱਚਾਈ ਇਹ ਮਿਟਾ ਦਿੱਤਾ ਹੈ, ਮਿਟਾਇਆ ਕਿ ਇੱਕ ਛਿੰਨ ਦੇ ਚ। ਹੁਣ ਮੈਂ ਇਸ ਦੇ ਤੇ ਉਦਾਹਰਣ ਦੇ ਕੇ ਸਮਾਪਤੀ ਕਰਾਂ। ਇੱਕ ਕਮਰੇ ਚ 50 ਸਾਲ ਦਾ ਅੰਧੇਰਾ ਹੈ, ਦਰਵਾਜ਼ੇ ਬੰਦ, ਪਰਦੇ ਲੱਗੇ, ਕਦੀ ਇਸ ਕਮਰੇ ਨੂੰ ਖੋਲਿਆ ਹੀ ਨਹੀਂ ਗਿਆ, ਅੰਧੇਰਾ, 50 ਸਾਲ ਦਾ ਅੰਧੇਰਾ। ਤੇ ਹੁਣ ਕੋਈ ਤਾਰਕਿਕ ਇਹ ਆਖੇ, ਕਿਉਂਕਿ ਅੰਧੇਰੇ ਨੂੰ ਰਹਿੰਦਿਆਂ 50 ਸਾਲ ਹੋ ਗਏ ਨੇ ਇਸ ਕਮਰੇ ਚ ਗੁੱਪ ਅੰਧੇਰਾ, ਤੇ ਇਹਨੂੰ ਕੱਢਣ ਲੱਗਿਆਂ ਵੀ 50 ਸਾਲ ਲੱਗਣਗੇ? ਨਹੀਂ, ਇੱਕ ਛਿੰਨ, ਇੱਕਦਮ ਬਸ ਦੀਆ ਜਲਾਇਆ ਗਿਆ ਅੰਧੇਰਾ। 50 ਸਾਲ ਦੇ ਹਨੇਰੇ ਨੂੰ ਮਿਟਾਉਣ ਵਾਸਤੇ 50 ਸਾਲ ਨਹੀਂ ਚਾਹੀਦੇ, ਇੱਕਦਮ ਜਨਮਾਂ ਜਨਮਾਂਤਰਾਂ ਦੇ ਪਾਪਾਂ ਨੂੰ, ਅੰਧਕਾਰ ਨੂੰ, ਅਗਿਆਨ ਨੂੰ, ਮੁਸੀਬਤਾਂ ਨੂੰ, ਵਿਪਤਾਵਾਂ ਨੂੰ ਧੋਣ ਵਾਸਤੇ, ਮਿਟਾਉਣ ਵਾਸਤੇ ਅਨੰਤ ਜਨਮ ਨਹੀਂ ਚਾਹੀਦੇ, ਇੱਕਦਮ ਇੱਕਦਮ। ਦੁੱਖ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾ ਹੈ। ਲੱਖ ਮੜੀਆ ਕਰ ਇਕੱਠੇ, ਏਕ ਰਥੀ ਲੇਵਾ, ਲੱਖਾਂ ਮਣ ਲੱਕੜਾਂ ਇੱਕ ਚਿੰਗਾਰੀ ਨਾਲ ਜਲਾ ਕੇ ਭਸਮ ਕੀਤੀਆਂ ਜਾ ਸਕਦੀਆਂ ਨੇ, ਅਨੰਤ ਜਨਮਾਂ ਦੇ ਪਾਪ ਇੱਕਦਮ ਵਿੱਚ ਆ ਕੇ ਵਾਹਿਗੁਰੂ ਆਖਣ ਨਾਲ ਮਿਟਾਏ ਜਾ ਸਕਦੇ ਨੇ, ਧੋਏ ਜਾ ਸਕਦੇ ਨੇ। ਸਤਿਗੁਰ ਰਹਿਮਤ ਕਰਨ, ਕਿਸੇ ਦਿਨ ਜੋਸ਼ ਦੇ ਵਿੱਚ, ਜਜ਼ਬੇ ਵਿੱਚ, ਭਾਵਨਾਵਾਂ ਵਿੱਚ ਪੂਰੀ ਤਾਕਤ ਲਗਾ ਕੇ ਸ਼ਰਧਾ ਵਿੱਚ ਇੱਕਦਮ ਵਿੱਚ ਵਾਹਿਗੁਰੂ ਆਖੀਏ ਤੇ ਵਾਹਿਗੁਰੂ ਪ੍ਰਗਟ ਹੋ ਜਾਏ, ਜੀਵਨ ਵਾਹਿਗੁਰੂ ਮਈ ਬਣ ਜਾਏ।